एजुकेशन चैनल है, अब इसको लाइक भी करें, इसको फॉलो भी करें, बड़ी अच्छी वीडियोस बनाते हैं। थैंक यू।
ਬੱਚਿਆਂ ਦਾ ਲਿਬਾਸ ਪਾ ਕੇ ਅੱਜ ਉਹ ਆਪਣੇ ਸਕੂਲਾਂ ਵਿੱਚ ਗਏ, ਆਪਣੇ ਕਾਲਜਾਂ ਵਿੱਚ ਗਏ ਆ। ਇਹ ਅੱਜ ਤੋਂ ਪਹਿਲੇ ਪੰਜਾਬ ਦੀ ਤਾਰੀਖ ਵਿੱਚ ਨਹੀਂ ਸੀ। ਜਿਹੜੀਆਂ ਕੌਮਾਂ ਆਪਣੇ ਕਲਚਰ ਨੂੰ ਭੁੱਲ ਜਾਂਦੀਆਂ ਉਹਨਾਂ ਨੂੰ ਦੁਨੀਆਂ ਵੀ ਭੁੱਲ ਜਾਂਦੀ ਏ, ਉਹਨਾਂ ਨੂੰ ਦੁਨੀਆਂ ਵੀ ਯਾਦ ਨਹੀਂ ਰੱਖਦੀ। ਅਸੀਂ ਆਪਣੇ ਕਲਚਰ ਨੂੰ ਨਾਲ ਲੈ ਕੇ ਚੱਲਣਾ ਤੇ ਉਹਦੇ ਬਾਅਦ ਅਸੀਂ ਆਪਣੀ ਪੂਰੀ ਦੁਨੀਆਂ ਨੂੰ ਇਹ ਦਿਖਾਉਣਾ ਹੈ ਕਿ ਸਾਡੇ ਪੰਜਾਬ ਦਾ ਕਲਚਰ ਬਹੁਤ ਖੂਬਸੂਰਤ ਏ, ਪੰਜਾਬ ਦੇ ਕਲਚਰ ਵਿੱਚ ਬਹੁਤ ਸੀ ਚੀਜ਼ਾਂ ਹੈ। ਤੇ ਇਨਸ਼ਾਅੱਲਾ ਤਾਲਾ ਤੁਸੀਂ ਦੇਖੋਗੇ ਕਿ ਅਗਲੇ ਸਾਲ ਦੁਨੀਆਂ ਵਾਲੋਂ ਸਾਡਾ ਪੰਜਾਬ ਦਾ ਕਲਚਰ ਦੇ ਦੇਖਣ ਆਏਗੀ ਇਨਸ਼ਾਅੱਲਾ ਤਾਲਾ। ਮੇਰੇ ਇਮਰਾਨ ਖਾਨ ਦੀ ਸੋਚ ਏ, ਮੇਰੇ ਵਜ਼ੀਰ ਆਲਾ ਦੀ ਸੋਚ ਏ ਕਿ ਅਸੀਂ ਆਪਣੇ ਪੰਜਾਬ ਦਾ ਕਲਚਰ ਪੂਰੀ ਦੁਨੀਆਂ ਨੂੰ ਦਿਖਾਈਏ, ਪੂਰੀ ਦੁਨੀਆਂ ਨੂੰ ਦੱਸੀਏ ਕਿ ਪੰਜਾਬ ਵਿੱਚ ਕੀ ਹੁੰਦਾ ਹੈ। ਪੰਜਾਬ ਵਿੱਚ ਬਹੁਤ ਬਹਾਦਰ ਲੋਕ ਆ, ਬਹੁਤ ਸੂਫੀਜ਼ਮ ਆ, ਪੰਜਾਬ ਇੰਨਾ ਰਿਚ ਕਲਚਰ ਆ ਕਿ ਅਸੀਂ ਅਗਰ ਦੱਸਣ ਜਾਈਏ ਤੇ ਉਹਨਾਂ ਨੂੰ ਬਹੁਤ ਟਾਈਮ ਲੱਗੇਗਾ ਸਿੱਖਣ ਨੂੰ। ਇਹਦੇ ਲਈ ਅਸੀਂ ਇੱਕ ਕੈਲੰਡਰ ਜਾਰੀ ਕਰਨ ਚੱਲੇ ਆ ਜਿਹਦੇ ਵਿੱਚ ਪੂਰੇ ਸਾਲ ਦੇ ਇਵੈਂਟ ਹੋਣਗੇ, ਸਾਡੇ ਮੇਲੇ ਹੋਣਗੇ, ਸਾਡਾ ਰਮਜ਼ਾਨ ਦਾ ਹੋ ਗਿਆ, ਪੂਰੇ ਪੰਜਾਬ ਦਾ ਕਲਚਰ ਉਸ ਕੈਲੰਡਰ ਵਿੱਚ ਹੋਏਗਾ ਜਿਹਦੇ ਵਿੱਚ ਸਾਨੂੰ ਦੁਨੀਆ ਵਿੱਚ ਕਿਤੇ ਵੀ ਬੈਠੇ ਹੋਏ ਬੰਦੇ ਨੂੰ ਪਤਾ ਹੋਊਗਾ ਕਿ ਪੰਜਾਬ ਵਿੱਚ, ਪਾਕਿਸਤਾਨ ਦੇ ਵਿੱਚ ਇਸ ਮਹੀਨੇ ਇਹ ਪ੍ਰੋਗਰਾਮ ਹੈ, ਇਸ ਮਹੀਨੇ ਇਹ ਮੇਲਾ, ਇਸ ਮਹੀਨੇ ਇਹ ਫੰਕਸ਼ਨ ਹੈ। ਪੂਰੀ ਦੁਨੀਆ ਵਿੱਚੋਂ ਲੋਕ ਆਪਣੀ ਮਰਜ਼ੀ ਨਾਲ ਫੰਕਸ਼ਨ ਦੇ ਤਹਿਤ ਪਾਕਿਸਤਾਨ ਆਉਣਗੇ। ਮੇਰਾ ਇੱਕ ਵਾਅਦਾ ਵਾ ਕਿ ਜਿਸ ਤਰ੍ਹਾਂ ਅਸੀਂ ਪੂਰੇ ਪੰਜਾਬ ਵਿੱਚ ਚੈਲੰਜ ਹੰਟ ਪ੍ਰੋਗਰਾਮ ਸ਼ੁਰੂ ਕੀਤਾ ਜਿਹਦੇ ਵਿੱਚ ਅਸੀਂ ਪਹਿਲੇ ਜ਼ਿਲ੍ਹੇ ਵਿੱਚ ਬੱਚੇ ਜਿੱਤਦੇ ਆ, ਫਿਰ ਡਿਵੀਜ਼ਨ ਵਿੱਚ ਜਾਂਦੇ ਆ, ਫਿਰ ਪੰਜਾਬ ਵਿੱਚ ਜਾਂਦੇ ਆ। ਮੈਂ ਇਨਸ਼ਾਅੱਲਾ ਤਾਲਾ ਇਸ ਦਫ਼ਾ ਦੇ ਬੱਚਿਆਂ ਨੂੰ ਬਾਹਰ ਦੇ ਮੁਲਕ ਵੀ ਲੈ ਕੇ ਜਾਊਂਗਾ ਇਨਸ਼ਾਅੱਲਾ ਤਾਲਾ। ਮੇਰੇ ਭਾਈਓ, ਅਸੀਂ ਆਪਣੇ ਕਲਚਰ ਨੂੰ ਦੁਨੀਆਂ ਨੂੰ ਦੱਸਣਾ ਵਾ ਕਿ ਪੰਜਾਬ ਦਾ ਇੱਕ ਕਲਚਰ ਆ, ਸਾਡੀ ਇੱਕ ਪਹਿਚਾਣ ਆ। ਸਾਡਾ ਨਾਲ ਦਾ ਮੁਲਕ ਇੰਡੀਆ, ਉਹਨਾਂ ਦੀ ਬੰਦੂਕ ਨੇ ਉਹ ਕੰਮ ਨਹੀਂ ਕੀਤਾ ਜੋ ਉਹਨਾਂ ਦੇ ਕਲਚਰ ਨੇ ਕਰਤਾ, ਉਹ ਘਰ ਘਰ ਪੁੱਛ ਗਏ ਆ ਸਾਡੇ ਆਪਣੇ ਕਲਚਰ ਦੇ ਰਾਹੀਂ। ਲੇਕਿਨ ਇਨਸ਼ਾਅੱਲਾ ਤਾਲਾ ਅਸੀਂ ਉਹਦਾ ਮੁਕਾਬਲਾ ਕਰਦੇ ਹੋਏ ਆਪਣੇ ਕਲਚਰ ਨੂੰ ਪੂਰੀ ਦੁਨੀਆਂ ਤੇ ਨੁਮਾਇਆ ਕਰਨਾ ਵਾ ਇਨਸ਼ਾਅੱਲਾ ਤਾਲਾ। ਤੇ ਮੇਰੇ ਨਾਲ ਮਿਲ ਕੇ ਚਾਰ ਨਾਲੇ ਲਾਓਗੇ? ਤੁਸੀਂ ਸਾਰੇ ਸੁਸਤ ਬੈਠੇ ਹੋ, ਕੀ ਕਰ ਨਾਲੇ ਲਾਓਗੇ? ਉੱਚੀ ਆਵਾਜ਼ ਤੇ ਲਾਓਗੇ? ਮਲਿਕ ਸਾਹਿਬ ਤੁਸੀਂ ਵੀ ਲਾਓਗੇ? ਪਾਕਿਸਤਾਨ, ਪਾਕਿਸਤਾਨ।